ਰੂਮਰ ਵੀ ਬੜੇ ਫੈਲਾਏ ਗਏ ਸੋ ਆਪਣੀ ਆਪਣੀਆਂ ਮਨਗਿਰਤ ਧਾਰਨਾ ਵੀ ਬੜੀਆਂ ਸੀਗੀਆਂ ਕਿ 6 ਇਚ ਹੀ ਰਹੂਗੇ ਰੂਲ ਚੇਂਜ ਨਹੀਂ ਹੋਣਾ 10 ਅਗਸਤ ਨੂੰ ਜਦੋਂ ਅਪਡੇਟ ਆਈ ਸੀ 11 ਅਗਸਤ ਨੂੰ ਮੈਂ ਲਾਈਵ ਕੀਤਾ ਕਿ ਸਟਿਲ ਇੱਕ ਵਾਰੀ ਜਾ ਕੇ ਐਮਬੈਸੀ ਦੀ ਵੈਬਸਾਈਟ ਦੇ ਉਤੇ ਤੁਹਾਨੂੰ ਜਬ ਅਪਡੇਸ਼ਨ ਦੇਣ ਸੀ ਆਈਸੀ ਵੈਬਸਾਈਟ ਦੇ ਉੱਪਰ ਥੋੜਾ ਅਪਡੇਸ਼ਨ ਦੇਣ ਜੋ ਕਿ ਖੁੱਲ ਕੇ ਅਸੀਂ ਇਸ ਚੀਜ਼ ਦੇ ਉੱਤੇ ਬੋਲ ਪਾਈਏ ਪਤਾ ਜ਼ਰੂਰ ਸੀਗਾ ਇਹ ਚੀਜ਼ਾਂ ਹੋਣੀਆਂ ਕਈ ਲੋਕ ਮੰਨਦੇ ਨਹੀਂ ਸੀਗੇ ਰਾਈਟ ਆਪਣੇ ਕਾਲਜਿਸ ਦੇ ਬੇਸਿਸ ਦੇ ਉੱਪਰ ਇਹ 2 4 5 ਕਾਲਜਾਂ ਜਿਨ੍ਹਾਂ ਨੂੰ ਰਿਪਰੈਜ਼ੈਂਟ ਕਰਦੇ ਸੀਗੇ ਉਹਦੇ ਬਿਹਾਵ ਤੇ ਕਹਿੰਦੇ ਜੇ ਤੋ 6 ਇਚ ਹੀ ਲੈਂਗੇ ਅੱਗੇ ਕੋਈ ਚੇਂਜਸ ਨਹੀਂ ਹੋਗੀ ਚੇਂਜਸ ਹੋ ਗਏ ਆ ਜੀ ਸੋ ਐਸਜੀਐਸ ਦੇ ਵਿੱਚ ਜਿਹੜਾ ਬੱਚਾ ਫਾਲ ਕਰਨਾ ਚਾਹੁੰਦਾ ਸੀਗਾ 6 ਓਵਰਆਲ ਬੈਂਡ ਸਕੋਰ ਦੇ ਨਾਲ ਤੁਸੀਂ ਆਪਣੀ ਫਾਈਲ ला ਸਕਦੇ ਹੋ ਪੀਟੀ ਦੇ ਵਿੱਚੇ ਡਰ ਸੀਗਾ 30 60 ਓਵਰੋਲ ਜਾਂ 60 ਈਚ ਚਾਹੀਦੇ ਆ ਆ 60 ਓਵਰੋਲ ਦੇ ਨਾਲ ਤੁਸੀਂ ਫਾਈਲ ਆਪਣੀ ਐਸਜੀਐਸ ਤੇ ਕੰਸੀਡਰ ਕਰਾ ਸਕਦੇ ਹੋ ਔਰ ਇਸ ਤੋਂ ਇਲਾਵਾ ਆਇਲ ਅਕੈਡਮਿਕ ਤੋਂ ਬਾਅਦ 60 ਈਚ ਵਾਲਾ ਮੈਟਰ ਨਹੀਂ ਰਿਹਾ 60 ਓਵਰੋਲ ਚਾਹੀਦੇ ਜੀ 60 ਓਵਰੋਲ ਚਾਹੀਦੇ ਬਿਲਕੁਲ ਚਾਹੀਦੇ ਆ ਸੋ ਜਦੋਂ 10 ਅਗਸਤ ਦੀ ਅਪਡੇਸ਼ਨ ਆਈ 11 ਅਗਸਤ ਨੂੰ ਕਾਫੀ ਕਾਲ ਜਾਣੇ ਸ਼ੁਰੂ ਹੋ ਗਏ ਭਾਜੀ ਕੁਝ ਨਹੀਂ ਚੇਂਜ ਹੋਇਆ 6 ਈ ਜੀ ਰਹਿਣੇ ਆ ਇੱਕ ਔਲਾ ਆ ਦੋ ਆ ਚਾਰ ਆ 6 ਆ 10 ਆ ਮੈਂ ਕਿਹਾ ਯਾਰ ਦੇਖਿਆ ਜਾਵੇ ਕੀ ਹੈਗੀ ਇਰਚ ਜਦੋਂ ਵੈਬਸਾਈਟ ਤੇ ਪੜਿਆ ਦੁਬਾਰਾ ਕਿ ਯਾਰ ਠੀਕ ਹੈ ਸਾਰਾ ਕੁਝ ਹੁਣ ਮੈਨੂੰ ਲਾਈਵ ਕਰਨਾ ਚਾਹੀਦਾ ਹੈ ਦੇਰ ਰਾਤ ਕਰੀਬਨ ਕੋਈ 8:30 9 ਵਜੇ ਮੈਂ ਲਾਈਵ ਹੋਇਆ ਜਿਹਦੇ ਵਿੱਚ ਇਹ ਖੁਸ਼ਖਬਰੀ ਦਿੱਤੀ ਸਟਿਲ ਉਸ ਤੋਂ ਪਹਿਲਾਂ 15 20 ਮਿੰਟ ਪਹਿਲਾਂ ਕਾਫੀ ਕੰਸਲਟੈਂਟ ਲਾਈਵ ਕਰ ਚੁੱਕੇ ਸੀ ਜੀ ਰੂਲ ਚੇਂਜ ਨਹੀਂ ਹੋਇਆ ਹਮ ਕੋਲਸ ਵੀ ਆਈਆਂ ਨੇ ਕਿ ਭਾਜੀ ਤੁਹੀ ਲੱਗਦਾ ਗਲਤ ਬੋਲਦਾ 6 ਇਚ ਨਹੀਂ ਹੋਏ ਸੌਰੀ 6 ਇਚ ਹੀ ਹੋਇਆ ਚੇਂਜ ਨਹੀਂ ਹੋਇਆ ਕੁਝ ਵੀ ਔਰ ਕੱਲ ਉਹੀ ਬੱਚੇ ਜਿਹੜੇ ਸੀਗੇ ਕਾਲਜ਼ ਕਰਕੇ ਪੁੱਛ ਰਹੇ ਸੀਗੇ ਔਰ ਉਸ ਤੋਂ ਬਾਅਦ ਉਹੀ ਦੌੜ ਦੇ ਵਿੱਚ ਏਜੰਟ ਵੀ ਆ ਗਏ ਦੇਖੋ ਇੱਕ ਸਿੰਪਲ ਜੀ ਚੀਜ਼ ਹੈ ਜਦੋਂ ਇਹ ਅਪਡੇਸ਼ਨ ਦੀ ਗੱਲ ਆਂਦੀ ਹੈ ਸੋ ਲਾਈਵ ਜਿਹੜਾ ਮੈਂ ਕੀਤਾ ਸੀਗਾ ਉਹਦਾ ਕਾਰਨ ਹੀ ਇਹੀ ਸੀਗਾ ਕਿ ਇੱਕ ਨੌਲੇਜ ਪਹੁੰਚ ਜਾਏ ਰਾਈਟ ਬਿਲਕੁਲ ਐਗਜ਼ੈਕਟ ਰੂਮਰਸ ਸਟਾਰਟਿੰਗ ਤੋਂ ਤੇਮ ਕਹੀ ਕਿ ਇਨਫੋਰਮੇਸ਼ਨ ਵੀ ਆ ਗਈ ਰੂਮਰ ਵੀ ਆ ਗਿਆ ਹਮ ਵੱਡਾ ਬ੍ਰਾਂਡ ਇੱਕ ਆਈਡੀਪੀ ਜਿਹੜਾ ਕਹਿ ਰਿਹਾ ਜੀ 6 ਓਵਰঅল ਨਾਲ ਐਪਲੀਕੇਸ਼ਨ ਕਰੋਗੇ ਹਮ ਵਰਲਡਵਾਈਡ ਐਪਲੀਕੇਸ਼ਨਸ ਜਿਹੜੀਆਂ ਪ੍ਰੋਸੈਸ ਕਰਦੇ ਨੇ ਬੱਚਿਆਂ ਨੂੰ ਪ੍ਰੋਫੀਸੀਨਸੀ ਟੈਸਟ ਪੜ੍ਹਾਉਂਦੇ ਨੇ ਹਮ ਅਗਰ ਉਹ ਕਹਿ ਰਿਹਾ ਛੋਟਾ ਮੋਟਾ ਬ੍ਰੈਂਡ ਨਹੀਂ ਹੈ ਇਸ ਤੋਂ ਬਾਅਦ ਮੈਂ ਵੀ ਉਹ ਚੀਜ਼ ਦੇਖਿਆ ਕਿ ਇੱਕ ਚੀਜ਼ ਇੱਕ ਸੋਰਸ ਦੇ ਉੱਪਰ ਨਹੀਂ ਆ ਤਿੰਨ ਚਾਰ ਆਰਟੀਕਲਸ ਵੀ ਪੜ੍ਹੇ ਤਿੰਨਾਂ ਦੇ ਵਿੱਚੇ ਅਲੱਗ-ਅਲੱਗ ਵਰਡਿੰਗ ਦੇ ਵਿੱਚ ਲਿਖਿਆ ਗਿਆ ਔਰ ਐਂਡ ਉਹੀ ਬੰਦਾ ਕਿ 6 ਓਵਰਲ ਆਪਲੀਕੇਸ਼ਨ ਤੁਸੀਂ ਕਰ ਸਕਦੇ ਹੋ ਥੈਨ ਉਹ ਚੀਜ਼ ਨੂੰ ਦੇਖਦਾ ਸਾਰੇ ਉਸ ਚੀਜ਼ ਉੱਤੇ ਤੁਰਨਾ ਸ਼ੁਰੂ ਹੋ ਗਿਆ ਭਾਜੀ 6 ਓਵਰਲ ਜੀ ਐਕਸੈਪਟੇਬਲ ਹੈ ਸੋ ਜਿਹੜੇ ਵੀ ਵਿਦਿਆਰਥੀ ਅੱਗੇ ਆ ਕੈਨੇਡਾ ਜਾਣਾ ਚਾਹੁੰਦੇ 6 ਓਵਰਲ ਕਿਹਾ ਗਿਆ ਜੀ ਡਸਨਟ ਮੀਨ ਡਿਕਚ 5.5 ਜਾਂ 2 ਚ ਅੰਬੈਸੀ ਨੇ ਇਵਨ ਹਸੇਲੀ ਗੱਲ ਰਚੇ ਆ ਕਿ ਜਦੋਂ ਅੰਗਰੇਜ਼ੀ ਦੇ ਵਿੱਚ ਜਿਹਦਾ ਹੱਥ ਟਾਈਟ ਆ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਕੈਨੇਡਾ ਦੇ ਵਿੱਚ ਬੱਚਿਆਂ ਨੂੰ ਭੇਜ ਸਕਦੇ ਹੋ ਹੋਰ ਕੰਟਰੀਆਂ ਦੇ ਵਿੱਚ ਬੱਚਿਆਂ ਨੂੰ ਭੇਜ ਸਕਦੇ ਕੀ ਵੈਬਸਾਈਟ ਦੇ ਉੱਤੇ ਜਿਹੜੀ ਚੀਜ਼ ਲਿਖੀ ਹੈ ਤੁਹਾਨੂੰ ਸਮਝ ਹੀ ਨਹੀਂ ਆ ਰਹੀ ਉਹ ਚੀਜ਼ ਕੀ ਆਫੀਸਰ ਨੇ ਕੀ ਕਿਹਾ ਅੱਗੇ ਗੱਲ ਕੀ ਕਰਨੀ ਜਿਹੜੇ ਬੰਦੇ ਨੂੰ ਟਰਾਂਸਲੇਸ਼ਨ ਕਰਨੀ ਨਹੀਂ ਆ ਰਹੀ ਮੈਨੂੰ ਮਤਲਬ ਰੱਬ ਭਰੋਸਾ ਹੀ ਆ ਵੀਜ਼ਾ ਲੱਗਦਾ